बिस्मिल्लाहिर्रहमानिर्रहीम। अस्सलाम वालेकुम प्यारे बहन भाई, कैसे हो? उम्मीद करती हूँ कि खैरियत नाल होवोगे। अल्हम्दुलिल्लाह असीं खैरियत नाल हां। अच्छा जी, दोपहर का खाना बनाने लगी हाँ, तो अज चावल पकावांगी। बना लवां चलो सही आ। शान आली और रिहान आली माशाल्लाह कुछ जो खा लेंगे, इस करके मैं फिर बना लेनी है। चल अज तो थोड़े जे मिठे भी बना लूँगी, फिर चावल भी इधर भगो के रखे आ, तो इधर प्याज टमाटर मिर्चा अदरक भी कुट लिया है, तो इधर मैं आ देखिया लाइया इन्होंने दिनिया प्लेटा। बिस्मिल्लाह इधर देख चीज पानी पा लिया है, इनू पानी नू गर्म कर लें पहले, फिर चावल पा देवे, तो इधर मैं मसाला तैयार कर लें। चम्मच लैके आई तो दूसरा लैके नहीं, इधर देगची बिच प्याज पा लिया, तो इधर चढ़ा पीता पानी गर्म होने वास्ते चढ़ दिया। इधर मसाला भुनते पे हैं, इधर देखी कि चावल पा ले आ, तो टाइम भी छाड़ता, कैमरामैन कोई नहीं है मेरे को, इस करके मैं जल्दी जल्दी कर दी हूँ क्योंकि लेट ना हो जाए। एक मग चावल आंदा सी, दो मग में पानी दे पाया, तो इन पानी ने उबाल आने तक छड़ देने, तो इधर चावल पाए हुए इन्हें थोड़ी देर होर बॉयल कर लेने। फ्राई चलो उठे चलिए पापा को, चल आ जाओ आ जा रही आना पापा जी, आ जाओ उठे चलिए उठे नहीं थी आ जा फ्राई इतने आज फ्राई फ्राई दे तो मेरे हाँ जी उन्होंने बोलते तू मिठे खाने यार। ठंडा कर खाए बच्चों नूं ट्यूशन भेज के ते मैं बर्तन धोते आ, ते हुण प्याज सुबह देखे सी लगता इन्हां नूं पानी लाने वाला होया, तो हुण बिजली आई सी मोटर चला के, तो मैं बाल्टी भर के लिया दो तीन बाल्टियां पानी दवा दें, इस खाले पानी आए तो फिर तो आसानी हो जाती कोलों भर के इतने पा दी दियाँ, तो हूँ उदन दे भरया जिद खाले पानी आया से, हूँ जगह खुशक हुई है, कहा हवा चलती है ठंडी, तो हम मैं पानी पा दें इतना पे बेच रख के तो पानी पा दें। तुम वेख लिया होना बाल्टी भर के लाई है, तो मैं भी बच्चे हिस्सा पा दवा हाँ जी, थोड़ा थोड़ा पा दिनी है ना फिर सही, भावें फिर उदन रुड़ जाए, सुबह लाई तो हैगी ढिड वो देखो
ਇੱਟਾਂ ਥਾਣੀ ਵਿੱਚ ਨਾ ਪਾਣੀ ਭਰੇ ਨੂੰ ਜਲ ਜਾਂਦਾ। ਲੱਗਦਾ ਫਰਹਾਨ ਦੇ ਪਾਪਾ ਬਾਲਟੀ ਭਰਨ ਦੇ ਆ। ਚੰਗਾ ਹੀ ਆ, ਦੋ ਇੱਕ ਬਾਲਟੀ ਭਰ ਲਿਆ, ਦੋ ਬਾਲਟੀ ਮੈਂ ਪਾਉਂਦੀ ਹਾਂ, ਦੋ ਪਵਾ ਦੇਣਗੇ ਅਤੇ ਗੁਜ਼ਾਰਾ ਹੋ ਜਾਊਗਾ। ਆਹ ਦੇਖੋ ਉੱਧਰ ਨੂੰ ਢਾਲ ਆ, ਪਾਣੀ ਸਾਰਾ ਰਿੜ ਕੇ ਉੱਧਰ ਜਾਂਦਾ, ਬਸ ਖਿਆਲ ਨਹੀਂ ਪਹਿਲੇ ਕੀਤਾ। ਇੱਧਰੋਂ ਜਗ੍ਹਾ ਉੱਚੀ ਆ, ਸਾਰਾ ਪਾਣੀ ਪਾਣੀ ਸਾਰਾ ਰਿੜ ਕੇ ਉੱਧਰ ਚਲੇ ਜਾਂਦਾ ਹੈ ਨਾ। ਹਾਂਜੀ ਨਹੀਂ ਹੈ ਨਾ। ਚਲੋ ਅੱਛਾ, ਹੁਣ ਤਾਂ ਗੁਜ਼ਾਰਾ ਕਰਦੇ ਫਿਰ ਇੱਧਰੋਂ ਮਿੱਟੀ ਥੋੜ੍ਹੀ ਥੋੜ੍ਹੀ। ਹਾਂਜੀ ਫਿਰ ਵਿੱਚ ਕੋਈ ਚੀਜ਼ ਜੀ ਜੀ ਮਿੱਟੀ ਇੱਧਰੋਂ ਥੋੜ੍ਹੀ ਥੋੜ੍ਹੀ ਉੱਧਰ ਨੂੰ ਕਰ ਲਾਂਗੇ। ਉਹ ਨੁੱਕਰ ਬਹੁਤੀ ਨਹੀਂ ਜ਼ਿਆਦਾ ਨਹੀਂ ਵੀ ਉੱਥੇ ਢਾਲ ਹੋਵੇ ਨਾ, ਉਸ ਨੁੱਕਰ ਤੇ ਟਾ ਰੱਖੇ ਨਾ, ਉੱਥੇ ਬੈਗ ਪਹਿਲਾਂ ਪਾਣੀ ਪਾ ਸਾਰੇ ਪੰਦਰਾਂ ਪਾਣੀ ਦਾ। ਹਾਂਜੀ ਹਾਂਜੀ ਇੱਦਾਂ ਹੀ ਲਓ ਜੀ, ਦੋ ਦੋ ਬਾਲਟੀਆਂ ਪਾਣੀ ਦੀ ਪਾਈਆਂ, ਭਲਾ ਹੋਵੇ ਫਰਹਾਨ ਨਾਲੀ ਦੇ ਪਾਪਾ ਦਾ ਜਿਹੜੇ ਆ ਗਏ ਮੋਟਰ ਚੱਲੀ ਨਾ। ਹਾਂਜੀ ਚੰਗਾ ਦੱਬ ਕੇ ਭਰਾਂ। ਹਾਂਜੀ ਦੱਬ ਕੇ ਭਰਾਂਗੇ ਤਾਂ ਫਿਰ ਚਲ ਬੜਾ ਹੀ ਹੋਣ ਤੇ ਹੈ ਨਾ, ਥੋੜ੍ਹਾ ਥੋੜ੍ਹਾ ਪਾ ਦਿੱਤਾ ਹੈ, ਹੌਸਲਾ ਹੋ ਗਿਆ। ਮੈਂ ਕਿਹਾ ਸੀ ਇਹਨਾਂ ਨੂੰ ਵੇਖਾਂ, ਇਹਨਾਂ ਨੂੰ ਤੈਨੂੰ ਪਾਉਣ ਵਾਲਾ ਨਹੀਂ। ਅਗਲੇ ਦਿਨ ਮੋਟਰ ਚਲਾਈ ਸੀ, ਪੱਠੇ ਭਰੇ ਨੇ ਵੇਖੋ, ਸ਼ੁਕਰ ਆ ਪਿੱਛੋਂ ਥੋੜ੍ਹੇ ਥੋੜ੍ਹੇ ਫੁੱਟਦੇ ਨਹੀਂ ਪੱਠੇ। ਹਾਂ ਤੁਸੀਂ ਤਾਂ ਫੁੱਟਦਾ ਪਰ ਇੰਨਾ ਨਹੀਂ ਨਾ, ਜਿੰਨੀ ਉਹ ਦਿਨ ਖਾਦ ਪਾਈ ਇੰਨਾ ਨਹੀਂ ਨਾ ਫੁੱਟਦਾ। ਬਸ ਬਰਫ਼ਬਾਰੀ ਵਾਸਤੇ ਕੰਮ ਬਹੁਤ ਵਧੀਆ ਸੀ, ਇੰਨੀ ਮਿਹਨਤ ਨਾਲ ਬੂਟੇ ਤਿਆਰ ਕੀਤੇ ਤੇ ਬਰਫ਼ਬਾਰੀ ਹੋਈ। ਛੋਟਾ ਬੂਟਾ ਜਿਹੜਾ ਉਹਦੀ ਉੱਥੇ ਮੌਤ ਹੁੰਦੀ, ਜਿਹੜੇ ਇੱਦਾਂ ਦੇ ਵੱਡੇ ਨੇ ਨਾ ਇੱਦਾਂ ਦੇ ਪੈਂਦੇ ਵੇਖੀ ਧੁੱਪ ਕੁਛ ਤੇ ਇਹਨਾਂ ਨੂੰ ਘਰ ਦਾ। ਇਹ ਜਿਹੜੇ ਦੋ ਵੱਡੇ ਪੌਦੇ ਨੇ ਨਾ ਹਾਂਜੀ ਇਹਨਾਂ ਨੂੰ ਹਾਲਾਂਕਿ ਕਿੰਨੀ ਬਰਫ਼ਬਾਰੀ ਲੇਕਿਨ ਕੋਈ ਘਰ ਦਾ ਡੱਕਾ ਬਣ ਜਾਂਦਾ। ਹਾਂ ਦੇਖੋ ਕੱਲ ਮੈਂ ਵੇਖਦੀ ਸੀ ਵੀ ਉਹ ਨਾ ਉੱਤੇ ਉੱਤੇ ਘੁੰਮਣੀਆਂ ਆਹੀ ਤੇ ਫੁੱਟਣੀਆਂ ਸੀ ਸਾਰੀਆਂ ਸੁੱਕੀਆਂ, ਸ਼ਾਖ ਕੱਢ ਕੇ ਤੇ ਬੋਲ ਉਹ ਉੱਤੋਂ ਤੱਕ ਆ ਉਹ ਵੇਖੋ ਹੈ ਨਾ ਉੱਥੋਂ ਤੱਕ ਇੱਧਰਲੀ ਸਾਈਡ ਫਲ ਘੱਟ ਲੱਗਾ ਐਤਕੀ ਉਹਦੇ ਨਾਲ ਵੀ ਘੱਟ ਹੋਣ ਅੰਦਰਲੀ ਸਾਈਡ। ਹਾਂ ਅੰਦਰਲੀ ਸਾਈਡ ਤੇ ਜਿਹੜਾ ਇੱਥੇ ਬਾਹਰ ਹੁਣ ਉੱਤੋਂ ਸ਼ਾਖ ਕੱਢੇਗਾ ਤੇ ਇੱਥੇ ਉੱਤੋਂ ਸ਼ਾਖ ਕੱਢੇਗਾ ਤੇ ਬੋਲ ਕੱਢੇਗਾ। ਬੜੀ ਜਲਦੀ ਧੁੱਪ ਖਰੇ ਨਾ ਲੱਗਦੀ ਬਹੁਤ ਪੈਂਦੀ ਹੈ। ਹਾਂਜੀ ਹਵਾ ਚੱਲਦੀ ਠੰਡੀ ਧੁੱਪੇ ਬਹਿਣ ਨਹੀਂ ਹੁੰਦਾ। ਹਾਂ ਤੇ ਉਹ ਨਾ ਖੁਸ਼ਕ ਹੋ ਜਾਂਦੀਆਂ, ਚੱਲ ਆਰਾਮ ਨਾਲ ਅੱਗ ਤੇ ਬਾਲਾਂਗੀ ਨਾ ਮੁਫਤ ਦਾ ਬਾਲਣ ਜਲਾਓ, ਗੈਸ ਗੈਸ ਤਰ੍ਹਾਂ ਬਲਦੀਆਂ ਨੇ, ਗੈਸ ਤਰ੍ਹਾਂ ਹੀ ਗੈਸ ਤਰ੍ਹਾਂ ਬਲਦੀਆਂ ਜੀ ਜੀ। ਇੱਕ ਦਫਾ ਚੁੱਲ੍ਹੇ ਵਿੱਚ ਰੱਖ ਲਓ ਨਾ ਤੇ ਬਾਅਦ ਚ ਨਹੀਂ ਸਰ ਪਾਥੀਆਂ ਤਵੀ ਥਲੇ ਲਾ ਕੇ ਜਿੰਨੀਆਂ ਮਰਜ਼ੀ ਰੋਟੀਆਂ ਪਾ ਲਓ ਜੀ। ਬਸ ਜੀ ਸਾਰੇ ਕੰਮ ਕਰ ਲਏ ਆ, ਹੁਣ ਅਸੀਂ ਵਿਹਲੇ ਸਿਰਫ ਵਿਹਲੇ ਨਾਲ ਜਾਣਾ ਲੱਗ ਜਾਣਾ।